ਸਤਿ ਸ਼੍ਰੀ ਅਕਾਲ ਸਟੂਡੈਂਟਸ, ਮੈਂ ਹਾਂ ਸ਼ੈਰਿਨ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਐਰੀਡੀਸ਼ਨ ਸਟੱਡੀਜ਼ ਦੇ ਅਫੀਸ਼ੀਅਲ ਚੈਨਲ ਦੇ ਉੱਪਰ। ਮਾਸਟਰ ਕੇਡਰ ਦੇ ਆਧੁਨਿਕ ਕਵੀਆਂ ਦੇ ਵਿੱਚ ਅਸੀਂ ਅੱਜ ਅਗਲਾ ਕਵੀ ਕਰਾਂਗੇ, ਹੀਰਾ ਸਿੰਘ ਦਰਦ। ਪਿਛਲੇ ਕਵੀ ਅਸੀਂ ਜਿੰਨੇ ਵੀ ਪੂਰੇ ਕੀਤੇ ਹੈ ਸਾਰੇ ਹੀ ਤੁਹਾਨੂੰ ਪਲੇ ਲਿਸਟ ਦੇ ਵਿੱਚ ਮਿਲ ਜਾਣਗੇ। ਆਧੁਨਿਕ ਪੰਜਾਬੀ ਕਾਵ ਨਾਮ ਦੀ ਪਲੇ ਲਿਸਟ ਹੈ ਜੋ ਕਿ ਤੁਹਾਨੂੰ ਐਰੀਡੀਸ਼ਨ ਸਟੱਡੀਜ਼ ਦੇ ਚੈਨਲ ਤੇ ਹੀ ਮਿਲ ਜਾਏਗੀ। ਤੁਸੀਂ ਇਹਨੂੰ ਵਿਜ਼ਿਟ ਕਰਕੇ ਪਿਛਲੇ ਵੀ ਸਾਰੇ ਲੈਕਚਰਸ ਦੇਖ ਸਕਦੇ ਹੋ। ਤਾਂ ਡਾਇਰੈਕਟਲੀ ਸਟਾਰਟ ਕਰਾਂਗੇ ਅੱਜ ਦੇ ਲੈਕਚਰ ਨੂੰ। ਕਿਸੇ ਵੀ ਲੈਕਚਰ ਦੀ ਤੁਹਾਨੂੰ PDF ਚਾਹੀਦੀ ਹੋਏਗੀ ਤਾਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਦਾ ਲਿੰਕ ਮਿਲ ਜਾਏਗਾ, ਤੁਸੀਂ ਉੱਥੋਂ ਜੁਆਇਨ ਕਰਕੇ PDF ਨੂੰ ਲੈ ਸਕਦੇ ਹੋ। ਤਾਂ ਫਿਰ ਸਟਾਰਟ ਕਰਦੇ ਹਾਂ ਅੱਜ ਦੇ ਮਾਸਟਰ ਕੈਡਰ ਦੇ ਵਿੱਚ ਹੀਰਾ ਸਿੰਘ ਦਰਦ ਨੂੰ। ਸਭ ਤੋਂ ਪਹਿਲਾਂ ਇਹਨਾਂ ਦੀ ਬੇਸਿਕ ਜਾਣਕਾਰੀ ਲੈ ਲਾਂਗੇ। ਤਾਂ ਇਹਨਾਂ ਦਾ ਜਨਮ ਹੋਇਆ 30 ਸਤੰਬਰ 1899 ਨੂੰ। ਕਈ ਜਗ੍ਹਾ ਤੇ ਤੁਹਾਨੂੰ 1890 ਵੀ ਮਿਲੇਗਾ, ਦੋਨਾਂ ਵਿੱਚੋਂ ਆਪਸ਼ਨ 100% ਇੱਕ ਹੀ ਆਏਗੀ, ਦੋਨੋਂ ਨਹੀਂ ਆਉਣਗੀਆਂ, ਠੀਕ ਹੈ। ਤਾਂ ਇਸ ਲਈ ਇਹ 1899 ਵੈਸੇ ਜ਼ਿਆਦਾ ਵੈਲਿਡ ਮੰਨਿਆ ਜਾਂਦਾ ਹੈ, ਬਟ ਅਗਰ 1899 ਨਾ ਆ ਕੇ 1890 ਆਏਗਾ ਤਾਂ ਤੁਹਾਡਾ ਆਂਸਰ ਇਹੀ ਹੋਣਾ ਚਾਹੀਦਾ ਹੈ। ਇਹਨਾਂ ਦੇ ਜਨਮ ਦਾ ਸਥਾਨ ਹੈ ਕਗਰੋਟ, ਜ਼ਿਲ੍ਹਾ ਰਾਵਲਪਿੰਡੀ ਦੇ ਵਿੱਚ ਹੈ, ਜੋ ਕਿ ਅੱਜ ਦੀ ਡੇਟ ਦੇ ਵਿੱਚ ਪਾਕਿਸਤਾਨ ਦੇ ਵਿੱਚ ਹੈਗਾ ਆ। ਪਿਤਾ ਜੀ ਦਾ ਨਾਮ ਭਾਈ ਹਰੀ ਸਿੰਘ ਨਿਰੰਕਾਰੀ ਹੈ ਔਰ ਮਾਤਾ ਜੀ ਦਾ ਨਾਮ ਸੀ ਕਰਤਾਰ ਕੌਰ। ਇਹਨਾਂ ਦੇ ਪਿਤਾ ਬ੍ਰਾਹਮਣ ਪਰਿਵਾਰ ਤੋਂ ਸੰਬੰਧ ਰੱਖਦੇ ਸੀ ਤੇ ਬਾਅਦ ਦੇ ਵਿੱਚ ਇਹਨਾਂ ਦੇ ਪਰਿਵਾਰ ਨੇ ਸਿੱਖ ਧਰਮ ਨੂੰ ਵੀ ਅਪਣਾ ਲਿਆ ਸੀ। ਇਹਨਾਂ ਦਾ ਬਿਮਾਰੀ ਦੇ ਕਰਕੇ ਦੇਹਾਂਤ ਹੋਇਆ 22/6/1965 ਨੂੰ, ਠੀਕ ਹੈ ਜੀ। ਓਕੇ, ਤਾਂ ਅਗਰ ਤੁਸੀਂ ਦੇਖੋਗੇ ਸਿੱਖ ਧਰਮ ਦੇ ਨਾਲ ਇਹਨਾਂ ਦਾ ਸੰਬੰਧ, ਮੈਂ ਤੁਹਾਨੂੰ ਦੱਸਿਆ ਵੈਸੇ ਤਾਂ ਇਹ ਬ੍ਰਾਹਮਣ ਪਰਿਵਾਰ ਤੋਂ ਹੈ ਪਰ ਬਾਅਦ ਦੇ ਵਿੱਚ ਇਹਨਾਂ ਨੇ ਸਿੱਖ ਧਰਮ ਅਪਣਾ ਲਿਆ ਸੀਗਾ ਔਰ ਇਹਨੂੰ ਇੰਨਾ ਜ਼ਿਆਦਾ ਇਹ ਦਿਲ ਤੋਂ ਮੰਨਣ ਲੱਗ ਗਏ ਸੀ। ਇਸ ਦੀ ਸਾਫ਼ ਇਗਜ਼ੈਂਪਲ ਤੁਹਾਨੂੰ ਮਿਲੇਗੀ ਇਸ ਅੰਦੋਲਨ ਦੇ ਵਿੱਚੋਂ। ਬਰਤਾਨਵੀਆਂ ਨੇ ਇੱਕ ਗੁਰਦੁਆਰਾ ਹੈਗਾ ਰਕਾਬਗੰਜ ਸਾਹਿਬ, ਉਹਨਾਂ ਦੀ ਦੀਵਾਰ ਨੂੰ ਢਾ ਦਿੱਤਾ ਸੀ ਤੇ ਉਹਨੂੰ ਦੁਬਾਰਾ ਤੋਂ ਉਸਾਰੀ ਕਰਨ ਦੇ ਲਈ ਇੱਕ ਅੰਦੋਲਨ ਚੱਲਿਆ ਸੀ ਜਿਸ ਦੇ ਵਿੱਚ ਹੀਰਾ ਸਿੰਘ ਦਰਦ ਨੇ ਪੂਰੀ ਤਰ੍ਹਾਂ ਭਾਗ ਲਿਆ ਸੀ ਔਰ ਇਹਨਾਂ ਨੇ ਇਸ ਦੀਵਾਰ ਦੀ ਮੁੜ ਉਸਾਰੀ ਦੇ ਵਾਸਤੇ ਪੈਂਫਲੇਟ ਵੀ ਛਾਪੇ ਸੀ। ਓਕੇ, ਤੇ ਇਹ ਸਾਰੀਆਂ ਹੀ ਸਰਗਰਮੀਆਂ ਇਹਨਾਂ ਨੇ ਸਿੱਖ ਧਰਮ ਦੇ ਲਈ ਕੀਤੀਆਂ। ਅੱਗੇ ਵੀ ਕਾਫੀ ਸਾਰੀਆਂ ਏਦਾਂ ਦੀਆਂ ਚੀਜ਼ਾਂ ਸਾਨੂੰ ਮਿਲਣਗੀਆਂ ਜਿਸ ਤੋਂ ਇਹਨਾਂ ਦੇ ਸਿੱਖੀ ਦੇ ਨਾਲ ਪਿਆਰ ਸਾਫ਼ ਦਿਖ ਰਿਹਾ ਹੈ। ਓਕੇ, ਇਸ ਤੋਂ ਬਾਅਦ ਪੜ੍ਹਾਈ ਦੀ ਗੱਲ ਕਰੀਏ ਤਾਂ ਇਹਨਾਂ ਨੇ ਈਸਾਈ ਮਿਸ਼ਨ ਸਕੂਲ ਰਾਵਲਪਿੰਡੀ ਤੋਂ ਪੜ੍ਹਾਈ ਕੀਤੀ ਹੈ ਔਰ ਉਸ ਤੋਂ ਬਾਅਦ ਪਹਿਲੀ ਨੌਕਰੀ ਇਹਨਾਂ ਨੇ ਕੀਤੀ ਚੁੰਗੀ ਦੇ ਕਲਰਕ ਦੇ ਵਜੋਂ। 1907 ਦੇ ਵਿੱਚ ਇਹਨਾਂ ਨੇ ਕਲਰਕ ਦੀ ਨੌਕਰੀ ਜੁਆਇਨ ਕੀਤੀ ਸੀ ਪਰ ਇਹਨਾਂ ਨੂੰ ਇਸ ਨੌਕਰੀ ਦੇ ਵਿੱਚ ਦਿਲ ਨਾ ਲੱਗਣ ਕਰਕੇ ਜਲਦੀ ਹੀ ਇਹਨਾਂ ਨੇ ਨੌਕਰੀ ਛੱਡ ਦਿੱਤੀ ਤੇ ਇਹ ਚਲੇਗੀ ਅਧਿਆਪਨ ਦੇ ਕਿੱਤੇ ਦੇ ਵਿੱਚ ਜਿੱਥੇ ਤੁਸੀਂ ਸਾਰੇ ਜਾਣਾ ਚਾਹੁੰਦੇ ਹੋ, ਹੈਨਾ। ਇਹ ਸਿੰਘ ਸਭਾ ਸਕੂਲ ਜੋ ਕਿ ਲਾਇਲਪੁਰ ਦੇ ਚੱਕ ਨੰਬਰ 73 JB ਵਿੱਚ ਸੀਗਾ, ਉੱਥੇ ਜਾ ਕੇ ਇਹਨਾਂ ਨੇ ਅਧਿਆਪਨ ਕਰਨਾ ਸਟਾਰਟ ਕਰ ਦਿੱਤਾ ਤੇ ਜਦੋਂ ਇਹ ਅਧਿਆਪਨ ਕਰ ਰਹੇ ਸੀ ਉਸ ਦੇ ਨਾਲ ਨਾਲ ਹੀ ਇਹਨਾਂ ਨੇ ਲਾਹੌਰ ਦੀ ਪੰਜਾਬ ਯੂਨੀਵਰਸਿਟੀ ਤੋਂ ਗਿਆਨੀ ਦੀ ਪ੍ਰੀਖਿਆ ਵੀ ਪੂਰੀ ਕੀਤੀ। ਓਕੇ, ਔਰ ਜਦੋਂ ਇਹਨਾਂ ਨੇ ਗਿਆਨੀ ਕਰ ਲਈ, ਪੁਰਾਣੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਹੈ ਗਿਆਨੀ ਬਹੁਤ ਜ਼ਿਆਦਾ ਹਾਈ ਲੈਵਲ ਦੀ ਪੜ੍ਹਾਈ ਮੰਨੀ ਜਾਂਦੀ ਸੀ ਅਧਿਆਪਨ ਦੇ ਕਿੱਤੇ ਵਿੱਚ, ਤਾਂ ਉਸ ਤੋਂ ਬਾਅਦ ਇਹਨਾਂ ਨੇ ਸਵੈ ਅਧਿਐਨ ਕਰਨਾ ਸ਼ੁਰੂ ਕਰਤਾ। ਓਕੇ, ਤੇ ਤੁਸੀਂ ਇਹਨਾਂ ਦਾ ਨਾਮ ਜਦੋਂ ਦੇਖਦੇ ਹੋ ਹੀਰਾ ਸਿੰਘ ਦਰਦ, ਤਾਂ ਇਹ ਦਰਦ ਤਖੱਲੁਸ ਇਹਨਾਂ ਨੇ ਪਹਿਲੀ ਵਾਰੀ ਕਦੋਂ ਵਰਤਿਆ? ਸ਼ੁਰੂ ਦੇ ਵਿੱਚ ਇਹ ਨਾ ਦੁਖੀਆ ਤਖੱਲੁਸ ਵਰਤਦੇ ਸੀ, ਠੀਕ ਹੈ। ਤਾਂ ਦਰਦ ਤਖੱਲਸ ਦੀ ਵਰਤੋਂ ਇਹਨਾਂ ਨੇ ਕੀਤੀ ਸੀਗੀ ਧੁੰਮ ਪੈ ਗਈ ਤੇਰੇ ਨਾਮ ਦੀ ਕਵਿਤਾ ਦੇ ਵਿੱਚ 1922 ਦੇ ਵਿੱਚ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਰਹੂਗਾ ਤੇ 1922 ਤੋਂ ਪਹਿਲਾਂ ਇਹ ਵਰਤਦੇ ਸੀਗੇ ਦੁਖੀਆ ਤਖੱਲਸ। ਓਕੇ, ਠੀਕ ਹੈ ਜੀ, ਹੁਣ ਅੱਗੇ ਚੱਲਦੇ ਹਾਂ। ਇਹ ਦੇਖ ਰਹੇ ਹਾਂ ਕਿ ਜਿਹੜੀ ਇਹਨਾਂ ਦੀ ਕਲਮ ਹੈ ਇਸ ਦੇ ਵਿੱਚੋਂ ਸਾਨੂੰ ਸਭ ਤੋਂ ਜ਼ਿਆਦਾ ਨਾ ਦੋ ਰੰਗ ਦੇਖਣ ਨੂੰ ਮਿਲਦੇ ਹੈ। ਸਭ ਤੋਂ ਪਹਿਲਾ ਰੰਗ ਹੈਗਾ ਧਾਰਮਿਕ, ਜਿਸ ਦੇ ਵਿੱਚ ਸਪੈਸ਼ਲੀ ਦੇਖੋਗੇ ਤਾਂ ਸਿੱਖ ਧਰਮ ਦੇ ਨਾਲ ਰਿਲੇਟ ਕਰਕੇ ਇਹਨਾਂ ਨੇ ਚੀਜ਼ਾਂ ਨੂੰ ਬਹੁਤ ਜ਼ਿਆਦਾ ਦਿਖਾਇਆ। ਦੂਸਰਾ ਰੰਗ ਤੁਹਾਨੂੰ ਦੇਖਣ ਨੂੰ ਮਿਲੇਗਾ ਦੇਸ਼ ਭਗਤੀ ਦਾ। ਦੇਸ਼ ਭਗਤੀ ਦੇ ਬਾਰੇ ਦੇ ਵਿੱਚ ਇਹਨਾਂ ਨੇ ਬਾਅਦ ਦੇ ਵਿੱਚ ਲਿਖਣਾ ਸਟਾਰਟ ਕੀਤਾ ਸੀਗਾ। ਔਰ ਜਦੋਂ ਇਹਨਾਂ ਦੀਆਂ ਆਹ ਦੋਨੋਂ ਤਰ੍ਹਾਂ ਦੀਆਂ ਰਚਨਾਵਾਂ ਦੇਖੋਗੇ ਤਾਂ ਇਹਨਾਂ ਦੀਆਂ ਪਹਿਲੀਆਂ ਰਚਨਾਵਾਂ ਦੇ ਵਿੱਚ 1912 ਦੇ ਵਿੱਚ ਉਪਕਾਰਾਂ ਦੀ ਵੰਨਗੀ ਸੰਗ੍ਰਹਿ ਔਰ 1913 ਦੇ ਵਿੱਚ ਸਿੱਖ ਬੱਚਿਓ ਜਾਗੋ ਸੰਗ੍ਰਹਿ ਆਏ ਸੀ, ਠੀਕ ਹੈ। ਔਰ ਇਹਦੇ ਵਿੱਚ ਤੁਹਾਨੂੰ ਧਾਰਮਿਕ ਰੰਗਤ ਜ਼ਿਆਦਾ ਦੇਖਣ ਨੂੰ ਮਿਲੇਗੀ। ਇਹਨਾਂ ਦੇ ਤੁਹਾਨੂੰ ਸਾਲ ਵੀ ਨਾਲ ਦੇ ਨਾਲ ਯਾਦ ਰਹਿਣੇ ਚਾਹੀਦੇ ਹੈ। 1912 ਨੂੰ ਉਪਕਾਰਾਂ ਦੇ ਨਾਲ ਜੋੜੋਗੇ ਤਾਂ ਇੱਕੋ ਵਰਗਾ ਲੱਗਦਾ ਹੈ ਬੋਲਣ ਦੇ ਵਿੱਚ, 12 ਉਪਕਾਰਾਂ। ਤਾਂ ਉਪਕਾਰਾਂ ਦੀ ਵੰਨਗੀ 1912 ਦੇ ਵਿੱਚ ਆਇਆ, 1913 ਦੇ ਵਿੱਚ ਆਇਆ ਸਿੱਖ ਬੱਚਿਓ ਜਾਗੋ। ਔਰ ਇਹਨਾਂ ਦੇ ਨਾਮ ਤੋਂ ਹੀ ਪਤਾ ਚੱਲ ਰਿਹਾ ਕਿ ਇਸ ਦੇ ਵਿੱਚ ਸਿੱਖ ਇਤਿਹਾਸ ਦੀਆਂ ਘਟਨਾਵਾਂ ਨੂੰ ਦਿਖਾਇਆ ਗਿਆ, ਸਿੱਖ ਇਤਿਹਾਸ ਦੇ ਵਿੱਚ ਜਿਹੜੀਆਂ ਬਹੁਤ ਹੀ ਫੇਮਸ ਹਸਤੀਆਂ ਹੋਈਆਂ ਉਹਨਾਂ ਨੂੰ ਦਿਖਾਇਆ ਗਿਆ। ਓਕੇ, ਉਸ ਤੋਂ ਬਾਅਦ ਫਿਰ ਸ਼ਹੀਦਾਂ ਦੀ ਯਾਦ ਦੇ ਵਿੱਚ ਨਾ ਇੱਕ ਸਕੂਲ ਦੇ ਵਿੱਚ ਪਾਠ ਰਖਵਾਇਆ ਗਿਆ ਸੀ। ਕਿਉਂ ਜੀ, ਕਿਹੜੇ ਸ਼ਹੀਦ?
ਤਾਂ ਇੱਥੇ ਤੁਹਾਨੂੰ ਘਟਨਾ ਦਿਖ ਰਹੀ ਹੈ ਬਜ ਬਜ ਦੀ ਘਟਨਾ। ਅਗਰ ਤੁਸੀਂ ਹਿਸਟਰੀ ਨੂੰ ਪੜ੍ਹਿਆ ਤਾਂ ਤੁਸੀਂ ਪੱਕਾ ਹੀ ਕਲਕੱਤਾ ਦੇ ਬਜ ਬਜ ਦੀ ਘਟਨਾ ਸੁਣੀ ਹੋਏਗੀ, ਜਿਸ ਦੇ ਵਿੱਚ ਕਾਮਾ ਗਾਟਾ ਮਾਰੂ ਜਹਾਜ਼ ਨੂੰ ਲੈ ਕੇ ਜਾਇਆ ਜਾ ਰਿਹਾ ਸੀ ਤੇ ਬਰਤਾਨਵੀ ਲੋਕਾਂ ਨੇ ਜਿਹੜੇ ਇੱਥੇ ਦੇ ਮੁਸਾਫਿਰ ਸੀ ਉਹਨਾਂ ਦੇ ਉੱਪਰ ਗੋਲੀਆਂ ਚਲਾ ਕੇ ਇਹਨਾਂ ਨੂੰ ਸ਼ਹੀਦ ਕਰਤਾ ਸੀ। ਤੇ ਇਹਨਾਂ ਹੀ ਸ਼ਹੀਦਾਂ ਦੀ ਯਾਦ ਦੇ ਵਿੱਚ ਫਿਰ ਸਕੂਲ ਦੇ ਵਿੱਚ ਪਾਠ ਰਖਵਾਇਆ ਗਿਆ। ਤੇ ਹੀਰਾ ਸਿੰਘ ਦਰਦ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਸਿੱਖ ਧਰਮ ਦੇ ਨਾਲ ਬਹੁਤ ਜ਼ਿਆਦਾ ਪਿਆਰ ਰੱਖਦੇ ਸੀ। ਇਸ ਤੋਂ ਬਾਅਦ ਅੰਗਰੇਜ਼ੀ ਹਕੂਮਤ ਦੇ ਵੀ ਇਹ ਖਿਲਾਫ ਹੋ ਗਏ ਸੀ, ਦੇਸ਼ ਭਗਤੀ ਦੀ ਭਾਵਨਾ ਇਹਨਾਂ 'ਚ ਬਹੁਤ ਸੀ। ਇਸ ਲਈ ਇਸ ਘਟਨਾ ਤੋਂ ਬਾਅਦ ਜਿਹੜਾ ਪਾਠ ਰੱਖਿਆ ਉਸ ਦੇ ਵਿੱਚ ਹੀਰਾ ਸਿੰਘ ਦਰਦ ਅਰਦਾਸ ਕਰਵਾਉਣ ਵਾਲਿਆਂ ਦੇ ਵਿੱਚ ਇੱਕ ਸੀਗੇ। ਓਕੇ, ਤੇ ਐਸੇ ਕਰਕੇ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਕਾਫੀ ਵਾਰ ਗ੍ਰਿਫਤਾਰ ਹੋਏ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਨੂੰ ਲੈ ਕੇ। ਠੀਕ ਹੈ, ਤਾਂ ਸੇਮ ਇਹੀ ਚੀਜ਼ ਅਸੀਂ ਕੈਨੇਡਾ ਦੇ ਸਿੱਖਾਂ ਦੇ ਨਾਲ ਰਿਲੇਟ ਕਰਕੇ ਇੱਕ ਕਵਿਤਾ ਨੂੰ ਯਾਦ ਰੱਖ ਸਕਦੇ ਹਾਂ, ਸਮੁੰਦਰੋਂ ਪਾਰ ਦਾ ਸੁਨੇਹਾ। ਕਵਿਤਾ ਦੇ ਵਿੱਚ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਜਿਹੜੇ ਕੈਨੇਡੀਅਨ ਸਿੱਖ ਬੈਠੇ ਹੈ ਉਹਨਾਂ ਦੇ ਦਰਦ ਦੇ ਬਾਰੇ ਦੇ ਵਿੱਚ ਬਿਆਨ ਕੀਤਾ ਆ। ਇਸ ਤੋਂ ਬਾਅਦ ਇਹਨਾਂ ਨੇ ਕੁਛ ਅਖਬਾਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਸਰਗਰਮੀ ਦੇ ਨਾਲ ਭਾਗ ਲਿਆ। ਗਿਆਨੀ ਤਾਂ ਇਹਨਾਂ ਨੇ ਕਰ ਹੀ ਲਈ ਸੀ, ਸਵੈ ਅਧਿਐਨ ਤਾਂ ਇਹ ਕਰ ਹੀ ਰਹੇ ਸੀ, ਯਾਨੀ ਕਿ ਅਧਿਆਪਕ ਤਾਂ ਇਹ ਹੈਗੇ ਹੀ ਹੈ, ਪਰ ਇਹ ਅਖਬਾਰਾਂ ਦੇ ਨਾਲ ਵੀ ਕਾਫੀ ਜ਼ਿਆਦਾ ਜੁੜੇ ਰਹੇ ਹੈ। ਸਭ ਤੋਂ ਜ਼ਿਆਦਾ ਮਹੱਤਵਪੂਰਨ ਅਖਬਾਰ ਰਹੇਗੀ ਅਕਾਲੀ। ਓਕੇ, ਔਰ ਇਹ ਦੈਨਿਕ ਪੰਜਾਬੀ ਅਖਬਾਰ ਸੀ ਜਿਸ ਨੂੰ ਮੰਗਲ ਸਿੰਘ ਔਰ ਮਾਸਟਰ ਸੁੰਦਰ ਸਿੰਘ ਲੈਲਪੁਰੀ ਦੇ ਨਾਲ ਮਿਲ ਕੇ ਇਹਨਾਂ ਨੇ ਸਟਾਰਟ ਕੀਤਾ 1920 ਦੇ ਵਿੱਚ, ਹੀਰਾ ਸਿੰਘ ਦਰਦ ਨੇ। ਠੀਕ ਹੈ, ਔਰ ਇਹ ਜਿਹੜਾ ਅਖਬਾਰ ਸੀ ਇਸ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਬਹੁਤ ਕੁਝ ਛਾਪਿਆ ਜਾਂਦਾ ਸੀ ਕਿਉਂਕਿ ਹੀਰਾ ਸਿੰਘ ਦਰਦ ਇਹਦੇ ਸਹਿ ਸੰਪਾਦਕ ਸੀਗੇ। ਇਸ ਲਈ ਇਹਨਾਂ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ ਉਹਨਾਂ ਦੇ ਅਗੇਂਸਟ ਛਾਪਣ ਕਰਕੇ। ਓਕੇ, ਤੇ ਜੇਲ੍ਹਾਂ ਦੇ ਵਿੱਚ ਜਾਂਦੇ ਸੀ, ਯਾਤਰਾਵਾਂ ਕਰਦੇ ਰਹਿੰਦੇ ਸੀ। ਕਿਹੜੀ ਰਚਨਾ ਜਿਸ ਦੇ ਵਿੱਚ ਇਹਨਾਂ ਨੇ ਜੇਲ੍ਹ ਦੀ ਯਾਤਰਾ ਦਾ ਜ਼ਿਕਰ ਕੀਤਾ? ਇਹ ਪ੍ਰਸ਼ਨ ਪਹਿਲਾਂ ਵੀ ਕਾਫੀ ਵਾਰ ਪੁੱਛਿਆ ਜਾ ਚੁੱਕਿਆ, ਯਾਦ ਰੱਖਣਾ। ਸ਼ਰੀਰ ਦੀਆਂ ਛਾਵਾਂ ਦੇ ਵਿੱਚ ਇਹਨਾਂ ਨੇ ਜੇਲ੍ਹ ਦੀ ਯਾਤਰਾ ਨੂੰ ਵਰਣਨ ਕੀਤਾ। ਓਕੇ, ਔਰ ਉਸ ਤੋਂ ਬਿਨਾਂ ਵੀ ਕੀ ਇਹਨਾਂ ਨੇ ਕਿਸੇ ਅਖਬਾਰਾਂ ਦੇ ਨਾਲ ਜੁੜੇ ਰਹੇ ਹੈ? ਬਿਲਕੁਲ, ਦੇਸ਼ ਭਗਤ, ਖਾਲਸਾ ਪਰਦੇਸੀ, ਕੌਮੀ ਦਰਦ, ਨਵਾਂ ਯੁੱਗ ਔਰ ਲਾਲ ਸਵੇਰਾ, ਇਹ ਵੀ ਉਹ ਅਖਬਾਰ ਹੈਗੇ ਹੈ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ। ਪਰ ਸਭ ਤੋਂ ਜ਼ਿਆਦਾ ਮਹੱਤਵਪੂਰਨ ਅਖਬਾਰ ਸਾਡੇ ਲਈ ਅਕਾਲੀ ਹੀ ਰਹੇਗੀ। ਓਕੇ ਜੀ, ਉਸ ਤੋਂ ਬਾਅਦ ਜਦੋਂ ਇਹ 1924 ਦੇ ਵਿੱਚ ਜੇਲ੍ਹ ਤੋਂ ਬਾਹਰ ਆਏ, ਇਹਨਾਂ ਨੇ ਬਾਹਰ ਆ ਕੇ ਆਪਣਾ ਖੁਦ ਦਾ ਇੱਕ ਮਾਸਿਕ ਪੱਤਰ ਸ਼ੁਰੂ ਕੀਤਾ। ਉਸਦਾ ਨਾਮ ਸੀ ਫੁਲਵਾੜੀ। ਠੀਕ ਹੈ, ਔਰ ਇਹ ਮਾਸਿਕ ਪੱਤਰ ਪੰਜਾਬੀ ਸਾਹਿਤ ਦੇ ਵਿੱਚ ਬੜੀ ਪ੍ਰਗਤੀਸ਼ੀਲ ਲਹਿਰ ਨੂੰ ਲੈ ਕੇ ਆਇਆ। ਔਰ ਇਸ ਦੇ ਨਾਲ ਨਾਲ ਤੁਸੀਂ ਇੱਕ ਪੁਸਤਕ ਵੀ ਯਾਦ ਰੱਖ ਲੈਣਾ, ਫੁਲਵਾੜੀ ਮਾਸਿਕ ਪੱਤਰ ਤਾਂ ਹੈ ਹੀ, ਇਸ ਦੇ ਨਾਲ ਨਾਲ ਫੁਲਵਾੜੀ ਨਾਮ ਦੀ ਇੱਕ ਪੁਸਤਕ ਵੀ ਹੈ ਜਿਸ ਦੇ ਵਿੱਚ ਇਹਨਾਂ ਨੇ ਕਵਿਤਾਵਾਂ ਔਰ ਵਾਰਤਕ ਦੇ ਸੁਮੇਲ ਨੂੰ ਪੇਸ਼ ਕੀਤਾ ਸੀ। ਕਿਸ ਸਾਲ ਦੇ ਵਿੱਚ ਇਹ ਛਪੀ? 1926 ਦੇ ਵਿੱਚ ਇਸ ਨੂੰ ਛਾਪਿਆ ਗਿਆ ਸੀਗਾ। ਔਰ ਫੁਲਵਾੜੀ ਪੱਤਰ ਜਿਸ ਦੀ ਅਸੀਂ ਇੱਥੇ ਗੱਲ ਕੀਤੀ ਹੈ, ਇਹ ਤੁਸੀਂ ਕਹਿ ਸਕਦੇ ਹੋ ਕਿ ਦੋ ਥਾਵਾਂ ਦੇ ਉੱਪਰ ਛਪਿਆ। 1930 ਤੱਕ ਤਾਂ ਇਹ ਅਖਬਾਰ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੁੰਦਾ ਰਿਹਾ, ਮਾਸਿਕ ਪੱਤਰ। ਠੀਕ ਹੈ, ਬਾਅਦ ਦੇ ਵਿੱਚ 1930 ਤੋਂ ਇਸ ਨੂੰ ਲਾਹੌਰ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਤੇ 12 ਸਾਲਾਂ ਲਈ, ਯਾਨੀ 30 ਤੋਂ ਲੈ ਕੇ ਔਰ 1942 ਤੱਕ ਇਹ ਲਾਹੌਰ ਤੋਂ ਪ੍ਰਕਾਸ਼ਿਤ ਹੁੰਦਾ ਰਿਹਾ। 1942 ਦੇ ਵਿੱਚ ਇਸ ਨੂੰ ਬੰਦ ਕਰਨਾ ਪੈ ਗਿਆ। ਕਿਉਂ ਜੀ? ਕਿਉਂਕਿ ਉਸ ਟਾਈਮ ਦੇ ਉੱਪਰ ਸਾਡੇ ਦੇਸ਼ ਵਿੱਚ ਚੱਲ ਰਿਹਾ ਸੀ ਭਾਰਤ ਛੱਡੋ ਅੰਦੋਲਨ। ਠੀਕ ਹੈ, ਔਰ ਸਾਰੇ ਲੋਕ ਭਾਰਤ ਦੇ ਵਿੱਚੋਂ ਦੀ ਅੰਗਰੇਜ਼ਾਂ ਨੂੰ ਬਾਹਰ ਕੱਢਣ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਸੀ। ਤੇ ਅਸੀਂ ਹੁਣੇ ਹੀ ਦੇਖ ਰਹੇ ਹਾਂ ਕਿ ਦਰਦ ਦੇ ਦਿਲ ਦੇ ਵਿੱਚ ਤਾਂ ਵੈਸੇ ਹੀ ਭਾਰਤ ਦਾ ਪ੍ਰੇਮ ਬਹੁਤ ਸੀ, ਤਾਂ ਇਹਨਾਂ ਨੇ ਭਾਰਤ ਛੱਡੋ ਅੰਦੋਲਨ ਵਿੱਚ ਬਹੁਤ ਜ਼ਿਆਦਾ ਵੱਧ ਚੜ੍ਹ ਕੇ ਹਿੱਸਾ ਲਿਆ ਔਰ ਇਹਨਾਂ ਨੂੰ ਫੇਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਠੀਕ ਹੈ, ਤੇ ਇਸ ਲਈ ਜਦੋਂ ਇਹ ਜੇਲ੍ਹ ਦੇ ਵਿੱਚ ਚਲੇ ਗਏ ਤਾਂ 1942 ਦੇ ਵਿੱਚ ਫਿਰ ਇਹਨਾਂ ਦਾ ਇਹ ਪੱਤਰ ਬੰਦ ਹੋ ਗਿਆ, ਜੋ ਅੱਗੇ ਜਾ ਕੇ ਦੁਬਾਰਾ ਵੀ ਸ਼ੁਰੂ ਹੋਏਗਾ ਜਿਸ ਦੇ ਬਾਰੇ ਅਸੀਂ ਪੜਾਂਗੇ। ਠੀਕ ਹੈ, ਇਹ ਅਸੀਂ ਹੁਣੇ ਹੀ ਕਰ ਲਿਆ ਕਿ ਵਾਰ ਵਾਰ ਇਹ ਜੇਲ੍ਹ ਜਾ ਰਹੇ ਹੈ ਤਾਂ ਜੇਲ੍ਹ ਦੇ ਜੀਵਨ ਦੇ ਬਾਰੇ ਦੇ ਵਿੱਚ ਇਹਨਾਂ ਨੇ ਸਰੀਰ ਦੀਆਂ ਛਾਵਾਂ ਦੇ ਵਿੱਚ ਦੱਸਿਆ ਆ। ਓਕੇ, ਔਰ ਇਹ ਨਾ ਦੇਸ਼ ਭਗਤਾਂ ਦੇ ਵਿਚਾਰਾਂ ਨੂੰ ਵੀ ਇਹਦੇ ਵਿੱਚ ਸ਼ਾਮਿਲ ਕੀਤਾ, ਸਰੀਰ ਦੀਆਂ ਛਾਵਾਂ ਦੇ ਵਿੱਚ ਇਹਨਾਂ ਨੇ। ਠੀਕ ਹੈ, ਕਿ ਕਿਸ ਤਰ੍ਹਾਂ ਉਹ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਹੈ, ਭਾਰਤ ਮਾਤਾ ਦੀ ਆਜ਼ਾਦੀ ਦਾ ਸੁਪਨਾ ਦੇਖਦੇ ਹੈ, ਇਹ ਸਾਰਾ ਕੁਛ ਵੀ ਸਰੀਰ ਦੀਆਂ ਛਾਵਾਂ ਦੇ ਵਿੱਚ ਪੇਸ਼ ਕੀਤਾ ਗਿਆ। ਔਰ ਇਸ ਤਰ੍ਹਾਂ ਫਿਰ ਜਿਹੜੀ ਆਜ਼ਾਦੀ ਦੀ ਲਹਿਰ ਹੈਗੀ ਹੈ ਉਸਦੇ ਵਿੱਚ ਹੀਰਾ ਸਿੰਘ ਦਰਦ ਬਹੁਤ ਜ਼ਿਆਦਾ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਸੀ। ਦੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆਰਗੇਨਾਈਜੇਸ਼ਨਸ ਹੈਗੀਆਂ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਬਹੁਤ ਹਿੱਸਾ ਲਿਆ, ਇਹਨਾਂ ਦੇ ਮੈਂਬਰ ਰਹੇ। ਪਹਿਲੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਔਰ ਦੂਸਰੀ ਹੈ ਸਰਬ ਹਿੰਦ ਕਾਂਗਰਸ ਕਮੇਟੀ। ਠੀਕ ਹੈ, ਯਾਨੀ ਕਿ ਇੰਡੀਅਨ ਨੈਸ਼ਨਲ ਕਾਂਗਰਸ। ਓਕੇ, ਇਹਦੇ ਵੀ ਇਹ ਮੈਂਬਰ ਰਹੇ।
1919 ਦੇ ਵਿੱਚ ਜਦੋਂ ਜਲਿਆਂਵਾਲੇ ਬਾਗ ਦੀ ਘਟਨਾ ਹੋਈ ਸੀ, ਉਸ ਤੋਂ ਬਾਅਦ ਕਾਂਗਰਸ ਦਾ ਸਮਾਗਮ ਫਿਰ ਕਿੱਥੇ ਹੋਇਆ? ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਹੀ। ਔਰ ਇਸ ਸਲਾਨਾ ਸਮਾਗਮ ਦੇ ਵਿੱਚ ਇਹਨਾਂ ਨੇ ਦਸ਼ਮੇਸ਼ ਦੀ ਫੋਟੋ ਨਾਮ ਦੀ ਕਵਿਤਾ ਵੀ ਗਾਈ ਸੀ, ਜੋ ਕਿ ਪੇਪਰਾਂ ਦੇ ਵਿੱਚ ਕਈ ਵਾਰ ਪੁੱਛੀ ਗਈ ਹੈ। ਓਕੇ, ਇਸ ਦੇ ਨਾਲ ਨਾਲ ਸਿੱਖ ਲੀਗ ਦੇ ਇਹ ਸਕੱਤਰ ਵੀ ਰਹੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ ਔਰ ਪੰਜਾਬ ਸਭਾ ਦੇ ਸੰਸਥਾਪਕਾਂ ਦੇ ਵਿੱਚੋਂ ਵੀ ਇਹ ਇੱਕ ਸੀਗੇ। ਹੀਰਾ ਸਿੰਘ ਦਰਦ, ਸਰ ਸ਼ਹਾਬੂਦੀਨ ਔਰ ਐਸ ਪੀ ਸਿੰਘ, ਇਹਨਾਂ ਨੇ ਪੰਜਾਬੀ ਸਭਾ ਦੀ ਸਥਾਪਨਾ ਕੀਤੀ ਸੀ। ਇਸ ਤੋਂ ਬਾਅਦ ਇਹਨਾਂ ਨੇ ਇੱਕ ਕਵਿਤਾ ਲਿਖੀ ਜੋ ਕਿ ਅੱਜ ਦੀ ਡੇਟ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਫੇਮਸ ਹੈ, ਤੈਂ ਕੀ ਦਰਦ ਨਾ ਆਇਆ। ਇਸ ਦੇ ਬਾਰੇ ਦੇ ਵਿੱਚ ਵੀ ਤੁਹਾਨੂੰ 2 ਸਾਲ ਦੇਖਣ ਨੂੰ ਮਿਲਣਗੇ, 1917 ਵੀ ਦੇਖਣ ਨੂੰ ਮਿਲੇਗਾ, 1919 ਵੀ। ਠੀਕ ਹੈ, ਤਾਂ ਇਹ ਦੋਨੋਂ ਹੀ ਤੁਸੀਂ ਇੱਕ ਵਾਰ ਆਪਣੇ ਦਿਮਾਗ ਦੇ ਵਿੱਚ ਰੱਖ ਲੈਣਾ, ਤੈਂ ਕੀ ਦਰਦ ਨਾ ਆਇਆ। ਠੀਕ ਹੈ ਜੀ, ਔਰ ਇਸ ਕਵਿਤਾ ਦੇ ਵਿੱਚ ਦਿਖਾਇਆ ਕੀ ਗਿਆ, ਇਸ ਦੇ ਵਿੱਚ ਇਹਨਾਂ ਨੇ ਬਾਬਰ ਦਾ ਜੋ ਹਮਲਾ ਹੋਇਆ ਸੀ ਸੈਦਪੁਰਾ ਪਿੰਡ ਦੇ ਵਿੱਚ, ਇਸ ਨੂੰ ਦਿਖਾਇਆ ਕਿ ਕਿਸ ਤਰ੍ਹਾਂ ਲੋਕਾਂ ਦਾ ਲਹੂ ਡੁੱਲਿਆ ਆ। ਤੁਹਾਨੂੰ ਪਤਾ ਹੀ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਆਪਣੀਆਂ 4 ਉਦਾਸੀਆਂ ਕਰ ਰਹੇ ਸੀ, ਉਸ ਟਾਈਮ ਦੇ ਉੱਪਰ ਸੈਦਪੁਰਾ ਦੇ ਵਿੱਚ ਬਾਬਰ ਦਾ ਹਮਲਾ ਹੋਇਆ। ਐਸੇ ਹਮਲੇ ਦੇ ਵਿੱਚ ਇਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਕੈਦ ਕੀਤਾ ਸੀਗਾ, ਠੀਕ ਹੈ, ਔਰ ਭਾਈ ਮਰਦਾਨਾ ਨੂੰ ਵੀ। ਉਸੇ ਟਾਈਮ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਣੀ ਨੂੰ ਲਿਖਿਆ ਸੀ। ਜਦੋਂ ਅਸੀਂ ਸਿੱਖ ਗੁਰੂਆਂ ਨੂੰ ਕਰਨਾ ਨਾ, ਕਿਉਂਕਿ ਉਹ ਵੀ ਤੁਹਾਡੇ ਸਿਲੇਬਸ ਵਿੱਚ ਹੈ, ਉਦੋਂ ਇਸ ਬਾਰੇ ਵੀ ਪੜਾਂਗੇ। ਠੀਕ ਹੈ, ਤਾਂ ਬਾਬਰ ਬਾਣੀ ਦੇ ਵਿੱਚ ਲਿਖਿਆ ਸੀ ਨਾ, ਤਾਂ ਉਹਦੀਆਂ ਲਾਈਨਾਂ ਕਿਹੜੀਆਂ ਸੀ? ਉਸ ਦੇ ਵਿੱਚ ਬੋਲਿਆ ਗਿਆ, ਏਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ। ਉਹ ਰੱਬ ਦੇ ਨਾਲ ਰੋਸ ਪ੍ਰਗਟ ਕਰ ਰਹੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ, ਤੇ ਉਹਨਾਂ ਦੀਆਂ 17 ਦੇ ਵਿੱਚੋਂ ਹੀ ਇਹਨਾਂ ਨੇ ਆਪਣੀ ਕਿਤਾਬ ਦਾ ਸਿਰਲੇਖ ਰੱਖਿਆ, ਤੈਂ ਕੀ ਦਰਦ ਨਾ ਆਇਆ। ਔਰ ਇਸ ਦੇ ਵਿੱਚ ਇਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਰਉਪਕਾਰਾਂ ਬਾਰੇ ਗੱਲ ਕੀਤੀ ਹੈ, ਔਰ ਨਾਲ ਹੀ ਜੋ ਬਾਬਰ ਨੇ ਹਮਲਾ ਕੀਤਾ ਸੀ ਉਸ ਦੇ ਦਰਦ ਨੂੰ ਵੀ ਦਿਖਾਇਆ। ਓਕੇ, ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਦੇਸ਼ ਪਿਆਰ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ, ਜਿਸ ਤਰ੍ਹਾਂ ਕਿ ਨੀਚੇ 17 ਦੇਖੋ, ਅਸਾਂ ਦੇਵੀ ਆਜ਼ਾਦੀ ਦੇ ਭੇਟ ਵੇਖੇ, ਜਾਨ ਮਾਲ ਸਰਬੰਸ ਚੜਾਵਨਾ ਏ, ਇੱਕ ਵੇਰ ਫਿਰੰਗੀ ਦੀ ਕੈਦ ਵਿੱਚੋਂ ਭਾਰਤ ਦੇਸ਼ ਆਜ਼ਾਦ ਕਰਵਾਵਨਾ ਏ। ਤਾਂ ਇੱਥੇ ਤੁਹਾਨੂੰ ਪਤਾ ਚੱਲ ਰਿਹਾ ਹੈ ਕਿ ਇਹਨਾਂ ਦੀ ਜਿਹੜੀ ਸ਼ਬਦਾਵਲੀ ਹੈ ਬਹੁਤ ਹੀ ਸਾਦੀ ਹੈ, ਆਮ ਲੋਕਾਂ ਨੂੰ ਸਮਝ ਆਉਣ ਵਾਲੀ ਹੈ। ਦੂਸਰਾ, ਸ਼ਬਦਾਂ ਦੀ ਸਾਦਗੀ ਤਾਂ ਹੈ ਹੀ, ਇਸ ਦੇ ਨਾਲ ਨਾਲ ਬਹੁਤ ਗੰਭੀਰਤਾ ਵੀ ਹੈ, ਬਹੁਤ ਗੰਭੀਰ ਵਿਸ਼ੇ ਨੂੰ ਇਹਨਾਂ ਨੇ ਛੂਹਿਆ ਆ। ਰਸਾਂ ਦੀ ਵੀ ਵਰਤੋਂ ਕੀਤੀ ਔਰ ਕਲਪਨਾ ਦੀ ਵੀ। ਕਲਪਨਾ ਕਿਸ ਤਰ੍ਹਾਂ? ਜਦੋਂ ਇਹ ਵਾਲੀ ਕਵਿਤਾ ਲਿਖ ਰਿਹਾ, ਇਸ ਦੇ ਵਿੱਚ ਇਹ ਖੁਦ ਕਲਪਨਾ ਕਰ ਰਿਹਾ ਕਿ ਜਿਹੜੀ ਸਾਡੀ ਭਾਰਤ ਮਾਤਾ ਹੈਗੀ ਹੈ, ਇਸ ਨੂੰ ਅਸੀਂ ਫਿਰੰਗੀ ਦੀ ਕੈਦ ਦੇ ਵਿੱਚੋਂ ਦੀ ਆਜ਼ਾਦ ਦੇਖਣਾ। ਠੀਕ ਹੈ, ਉਹਦੀ ਆਜ਼ਾਦੀ ਦੇ ਸੁਪਨੇ ਲੈ ਰਹੇ ਨੇ, ਇਹ ਕਲਪਨਾ ਕਰ ਰਹੇ ਨੇ। ਓਕੇ, ਔਰ ਦੇਸ਼ ਪਿਆਰ ਦੇ ਨਾਲ ਨਾਲ ਦੂਸਰਾ ਵਿਸ਼ਾ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਸਿੱਖੀ ਪਿਆਰ ਦੇ ਬਾਰੇ ਦੇ ਵਿੱਚ ਵੀ ਇਹਨਾਂ ਨੇ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਇਆ। ਓਕੇ, ਆਜ਼ਾਦੀ ਤੋਂ ਬਾਅਦ ਇਹ ਕਿੱਥੇ ਆ ਗਏ ਸੀ? ਜਲੰਧਰ ਦੇ ਵਿੱਚ ਵਸ ਗਏ ਸੀ, ਤੇ ਮੈਂ ਤੁਹਾਨੂੰ ਦੱਸਿਆ ਸੀ ਜੋ ਇਹਨਾਂ ਨੇ ਪਹਿਲਾਂ ਪੱਤਰ ਸਟਾਰਟ ਕੀਤਾ ਸੀ, ਜੋ 1942 ਵਿੱਚ ਬੰਦ ਹੋਇਆ ਫੁਲਵਾੜੀ, ਇਸ ਨੂੰ ਇਹਨਾਂ ਨੇ ਦੁਬਾਰਾ ਤੋਂ ਫੇਰ ਪ੍ਰਕਾਸ਼ਿਤ ਕਰਨਾ ਸਟਾਰਟ ਕਰ ਦਿੱਤਾ ਆਜ਼ਾਦੀ ਤੋਂ ਬਾਅਦ। ਓਕੇ, ਹੁਣ ਅਸੀਂ ਦੇਖ ਲਵਾਂਗੇ ਇਹਨਾਂ ਦੇ ਕੁਝ ਕਾਵਿ ਸੰਗ੍ਰਹਿ, ਜਿਨ੍ਹਾਂ ਦੇ ਵਿੱਚ 3 ਤੁਹਾਡੇ ਲਈ ਜ਼ਿਆਦਾ ਇੰਪੋਰਟੈਂਟ ਹੈ। ਸਭ ਤੋਂ ਪਹਿਲਾ ਹੈ ਦਰਦ ਸੁਨੇਹੇ। ਦਰਦ ਸੁਨੇਹੇ ਨੂੰ ਵੈਸੇ 1920 ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਇਸ ਦੇ ਭਾਗ ਦੇਖੋਗੇ ਤਾਂ 3 ਭਾਗ ਮਿਲਣਗੇ। ਓਕੇ, ਅੱਗੇ ਵੀ ਜਦੋਂ ਤੁਸੀਂ ਅਗਲੇ ਵੀ ਇਹਨਾਂ ਦੇ 2 ਕਾਵਿ ਸੰਗ੍ਰਹਿ ਦੇਖੋਗੇ, ਸਾਰਿਆਂ ਦੇ ਹੀ ਜ਼ਿਆਦਾਤਰ ਤੁਹਾਨੂੰ 3 ਭਾਗ ਮਿਲਣੇ ਨੇ। ਓਕੇ, ਤਾਂ ਦਰਦ ਸੁਨੇਹੇ ਦੇ ਵਿੱਚ ਸਭ ਤੋਂ ਪਹਿਲਾ ਪ੍ਰਸ਼ਨ ਬਣੇਗਾ, ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ? 3 ਭਾਗਾਂ ਵਿੱਚ ਵੰਡਿਆ ਹੋਇਆ। ਨਾਮ ਹੀ ਦਰਦ ਹੈ, ਤਾਂ ਵੈਸੇ ਹੀਰਾ ਸਿੰਘ ਦਰਦ ਦੇ ਨਾਲ ਰਿਲੇਟ ਹੋ ਜਾਏਗਾ। ਦੂਸਰਾ ਪੁੱਛਿਆ ਜਾਏਗਾ ਕਿ ਹੀਰਾ ਸਿੰਘ ਦਰਦ ਦਾ ਪਹਿਲਾ ਕਾਵਿ ਸੰਗ੍ਰਹਿ ਕਿਹੜਾ ਹੈ? ਇਹ ਵੀ ਦਰਦ ਸੁਨੇਹੇ ਹੈ। ਠੀਕ ਹੈ, ਇਹਦੀ ਭੂਮਿਕਾ ਕਿੰਨਾ ਨੇ ਲਿਖੀ ਹੈ? ਤੇਜਾ ਸਿੰਘ ਨੇ ਲਿਖੀ ਹੈ। ਮੈਂ ਤੁਹਾਨੂੰ ਦੱਸਿਆ ਕਿ ਇਸ ਦੇ 3 ਭਾਗ ਹੈਗੇ ਨੇ, ਪਹਿਲਾ, ਦੂਸਰਾ ਔਰ ਤੀਸਰਾ, ਤੇ ਜਿਹੜਾ ਦੂਸਰਾ ਭਾਗ ਹੈ ਉਸ ਨੂੰ ਇਹਨਾਂ ਨੇ 2 × 4 ਕੀਤਾ ਹੈ, ਮਤਲਬ ਦੂਜੇ ਭਾਗ ਦੇ ਅੱਗੋਂ 4 ਭਾਗ ਕੀਤੇ ਗਏ ਹੈ। ਠੀਕ ਹੈ, ਪਹਿਲੇ ਭਾਗ ਦਾ ਨਾਮ ਹੈ ਸੁੱਤੀ ਕੌਮ ਨੂੰ ਹਲੂਣੇ, ਇਹ 15 ਕਵਿਤਾਵਾਂ ਸ਼ਾਮਿਲ ਹੈ ਇਸ ਦੇ ਵਿੱਚ। ਦੂਸਰਾ ਹੈ ਪਿਆਰੇ ਗੁਰਧਾਮ, ਯਾਨੀ ਕਿ ਇੱਥੇ ਦਿਖਾਇਆ ਗਿਆ ਕਿ ਸਿੱਖਾਂ ਦੇ ਜਿਹੜੇ ਗੁਰਧਾਮ ਹੈ, ਗੁਰਦੁਆਰੇ ਹੈ, ਉਹਨਾਂ ਦੇ ਵਿੱਚ ਅੰਗਰੇਜ਼ੀ ਸਰਕਾਰ ਬਹੁਤ ਜ਼ਿਆਦਾ ਦਖਲ ਅੰਦਾਜ਼ੀ ਕਰਨ ਲੱਗ ਗਈ ਸੀ, ਇਸ ਦੇ ਅਗੇਂਸਟ ਇਹਨਾਂ ਨੇ 7 ਕਵਿਤਾਵਾਂ ਲਿਖੀਆਂ। ਫਿਰ ਹੈ ਦੇਸ਼ ਭਗਤ ਦੀ ਵਾਓ, ਇਸ ਦੇ ਵਿੱਚ ਇਹਨਾਂ ਨੇ ਦਿਖਾਇਆ ਕਿ ਦੇਸ਼ ਭਗਤਾਂ ਨੂੰ, ਦੇਸ਼ ਵਾਸੀਆਂ ਨੂੰ ਜਦੋਂ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੈ, ਉੱਥੇ ਉਹਨਾਂ ਦੇ ਉੱਪਰ ਕਿੰਨੇ ਜ਼ੁਲਮ ਹੁੰਦੇ ਹੈ। ਤੀਜੇ ਭਾਗ ਵਿੱਚ ਇਹੀ ਦਿਖਾਇਆ ਗਿਆ।
चौथे भाग दे विच 13 फुटकल कवितावां नूं शामिल कीता गया। ठीक है जी, जदों तुसीं दर्द सुनेहे दी छापान दी गल करोगे, 1924 दे विच इहदे दो भाग इकट्ठे छापे गए और भूमिका किन्ना नहीं लिखी, मैं तुहानूं हुणे ही दस्या सी कि तेजा सिंह ने इहनां दी भूमिका लिखी सी। और 1924 दे विच ही फिर इसका तीसरा भाग भी छपवाया गया, इस दे विच टोटल 28 कवितावां नूं शामिल कीता गया सी। ओके, हुण असीं देखदे हां अगला काव्य संग्रह, अगे है किसानां दी आही। किसानां दी आही कदों छपिया? 1941 दे विच। और इहनूं तुसीं कह सकदे हो काव्य संग्रह भी हो सकदा है और एक कहानी संग्रह विच भी शामिल कीता जा सकदा है। किस लई? क्योंकि किसानां दी आही दे विच इहनां ने कवितावां भी शामिल कीतियां, गीत भी शामिल किए हैं और 5 कहानियां भी शामिल कीतियां, तो काफी सारी विधावां तुहानूं कट्ठियां ही देखण नूं मिल जाणगियां। ओके, नाम तो तुहानूं समझ आ रहा होगा किसानां दीआं आहां दी गल हो रही है। इस दे विच दिखाया है साडे देश दी गरीबी नूं, किसानां दे दुखां नूं बड़े कलामय ढंग दे नाल पेश कीता है। अगले आ जांदा इहनां दा काव्य संग्रह होर अगेरे। होर अगेरे 1950 दे विच आया, ਇਹਦੇ ਕਿੰਨੇ ਭਾਗ ਹੈ? ਇਸ ਤੇ ਫਿਰ ਦੁਬਾਰਾ ਤੋਂ 3 ਭਾਗ ਹੋ ਗਏ। ਓਕੇ, ਔਰ ਇਸ ਕਾਵਿ ਸੰਗ੍ਰਹਿ ਦੇ ਵਿੱਚ ਇਹਨਾਂ ਨੇ ਆਪਣੀ ਨਵੀਨ ਪ੍ਰਤੀ ਨੂੰ ਦਿਖਾਇਆ ਆ। ਹੋਰ ਅਗੇਰੇ ਦੇ ਅਸੀਂ ਬੋਲਿਆ 3 ਭਾਗ ਹੈ, ਪਹਿਲੇ ਭਾਗ ਦੇ ਵਿੱਚ ਇਹਨਾਂ ਨੇ ਦਿਖਾਇਆ 1942 ਤੋਂ ਲੈ ਕੇ 50 ਤੱਕ ਦੀਆਂ ਕਵਿਤਾਵਾਂ ਨੂੰ ਦਰਜ ਕੀਤਾ ਗਿਆ। ਦੂਜੇ ਦੇ ਸਿਰਲੇਖ ਤੋਂ ਹੀ ਤੁਹਾਨੂੰ ਪਤਾ ਚੱਲ ਜਾਏਗਾ ਅਸੀਂ ਬੈਕ ਆਨ ਹੈ। ਦੂਜੇ ਦਾ ਸਿਰਲੇਖ ਹੈ ਕੁਝ ਪਿਛਲੀਆਂ ਯਾਦਾਂ, ਤਾਂ 1942 ਤੋਂ ਹੁਣ ਅਸੀਂ ਪਿੱਛੇ ਜਾਵਾਂਗੇ। ਇਸ ਦੇ ਵਿੱਚ 1930 ਤੋਂ ਲੈ ਕੇ 1942 ਤੱਕ ਦੀਆਂ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ। ਇਹਨੂੰ ਤੁਸੀਂ ਦੂਜੇ ਸਿਰਲੇਖ ਨੂੰ ਕਿਸ ਤਰ੍ਹਾਂ ਯਾਦ ਰੱਖੋਗੇ? ਅਸੀਂ ਹੁਣੇ ਦੇਖਿਆ ਸੀ 1930 ਤੋਂ ਲੈ ਕੇ 1942 ਤੱਕ ਫੁਲਵਾੜੀ ਨੂੰ ਕਿੱਥੋਂ ਪ੍ਰਕਾਸ਼ਿਤ ਕੀਤਾ ਗਿਆ ਸੀ? ਲਾਹੌਰ ਤੋਂ। ਉਸੇ ਟਾਈਮ ਦੇ ਦੌਰਾਨ ਦੀਆਂ ਜਿਹੜੀਆਂ ਯਾਦਾਂ, ਐਵੇਂ ਯਾਦ ਕਰ ਲਓ, ਠੀਕ ਹੈ, ਕਿ ਕੁਝ ਪਿਛਲੀਆਂ ਯਾਦਾਂ ਸਿਰਲੇਖ ਦੇ ਹੇਠ ਹੋਰ ਅਗੇਰੇ ਦੇ ਵਿੱਚ ਸ਼ਾਮਿਲ ਹੋਈਆਂ। ਓਕੇ, ਇਸ ਤੋਂ ਬਾਅਦ ਆ ਜਾਂਦਾ ਇਹਨਾਂ ਦਾ ਤੀਜਾ ਕਾਵਿ ਸੰਗ੍ਰਹਿ, ਉਸਦਾ ਨਾਮ ਹੈ ਹੋਰ ਅਗਲੇਰੇ। ਠੀਕ ਹੈ, ਇੱਕ ਇਹ ਔਰ ਇੱਕ ਯੋਲ ਕੈਂਪ, ਦੋ ਸਿਰਲੇਖਾਂ ਦੇ ਹੇਠ ਇਸ ਨੂੰ ਦਰਜ ਕੀਤਾ ਗਿਆ ਔਰ ਇਸ ਦੇ ਵਿੱਚ ਲੰਮੀ ਕਵਿਤਾ ਨੂੰ ਸ਼ਾਮਿਲ ਕੀਤਾ ਗਿਆ। ਓਕੇ ਜੀ, ਅੱਗੇ ਆ ਗਿਆ ਇਹਨਾਂ ਦਾ ਕਾਵਿ ਸੰਗ੍ਰਹਿ 94 ਦਰਦ ਸੁਨੇਹੇ। ਤਾਂ ਦੇਖੋ, ਪਹਿਲਾਂ ਅਸੀਂ ਕੱਲਾ ਦਰਦ ਸੁਨੇਹੇ ਕੀਤਾ ਸੀ, ਹੁਣ ਅਸੀਂ ਦੇਖ ਰਹੇ ਹਾਂ 94 ਦਰਦ ਸੁਨੇਹੇ। ਇਸ ਨੂੰ 1954 ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਬਾਕੀਆਂ ਦੇ ਵਾਂਗ ਇਹਦੇ ਵੀ 3 ਭਾਗ ਮਿਲਣਗੇ, ਤਾਂ ਭਾਗ ਤਾਂ ਤੁਹਾਨੂੰ ਯਾਦ ਕਰਨ ਚ ਦਿੱਕਤ ਆਨੀ ਹੀ ਨਹੀਂ ਹੀਰਾ ਸਿੰਘ ਦਰਦ ਦੇ ਵਿੱਚ, ਹੈ ਨਾ। ਔਰ ਇਹਦੇ ਵਿੱਚ ਤੁਸੀਂ ਇਹ ਜ਼ਰੂਰ ਯਾਦ ਰੱਖੋਗੇ ਕਿ ਉਹ ਵਾਲਾ ਕਿਹੜਾ ਕਾਵਿ ਸੰਗ੍ਰਹਿ ਜਿਸ ਦੇ ਵਿੱਚ ਇਹਨਾਂ ਨੇ ਭਾਈ ਵੀਰ ਸਿੰਘ ਨੂੰ ਵੰਗਾਰਿਆ, ਉਹਨਾਂ ਨੂੰ ਆਵਾਜ਼ ਲਗਾਈ ਹੈ, ਤਾਂ ਇਹ ਹੈਗਾ 94 ਦਰਦ ਸੁਨੇਹੇ। ਇਹਨਾਂ ਨੇ ਬੋਲਿਆ ਕਿ ਅੱਜ ਦੀ ਤਰੀਕ ਦੇ ਵਿੱਚ ਕਸ਼ਮੀਰ ਦੀ ਹਾਲਤ ਬਹੁਤ ਮਾੜੀ ਹੈ, ਠੀਕ ਹੈ, ਔਰ ਕਦੀ ਆਪਣੀ ਮਟਕ ਹੁਲਾਰੇ ਕਾਵਿ ਸੰਗ੍ਰਹਿ ਦੇ ਵਿੱਚ ਭਾਈ ਵੀਰ ਸਿੰਘ ਨੇ ਕਸ਼ਮੀਰੀਆਂ ਦਾ ਦਰਦ ਦਿਖਾਇਆ ਸੀ ਕਿ ਕਸ਼ਮੀਰ ਦੇ ਉੱਪਰ ਕਿਸ ਤਰ੍ਹਾਂ ਕਬਾਇਲੀਆਂ ਨੇ ਹਮਲਾ ਕੀਤਾ, ਉਸਦੇ ਵਿਰੋਧ ਦੇ ਵਿੱਚ ਭਾਈ ਵੀਰ ਸਿੰਘ ਬੋਲੇ ਸੀ ਬੇਧੜਕ ਹੋ ਕੇ। ਤਾਂ ਬਿਲਕੁਲ ਇਸੇ ਤਰ੍ਹਾਂ ਅੱਜ ਵੀ ਸਾਨੂੰ ਉਹਨਾਂ ਦੀ ਜ਼ਰੂਰਤ ਹੈ। ਤਾਂ ਇੱਥੇ ਹੀਰਾ ਸਿੰਘ ਦਰਦ ਲਿਖਦੇ ਹੈ, ਮਟਕ ਹੁਲਾਰੇ ਗਾਵਣ ਵਾਲੇ ਹੇ ਕਵੀ ਰਾਜ ਪਿਆਰੇ, ਅੱਜ ਵੀ ਲਿਖ ਖਾਂ ਕਾਵ ਕੁੰਦਰਗਤ ਸੰਜੋਗੀ ਨਵੇਂ ਨਜ਼ਾਰੇ, ਛੱਲਾਂ ਡੱਲਾਂ ਤੇ ਚਸ਼ਮਿਆਂ ਦੇ ਅਜੇ ਉਬਲ ਰਹੇ ਨੇ ਪਾਣੀ, ਠੰਡੀਆਂ ਚਿੱਟੀਆਂ ਬਰਫਾਂ ਵਿੱਚੋਂ ਨਿਕਲਣ ਲੱਗੇ ਅੰਗਾਰੇ। ਤਾਂ ਇੱਥੇ ਤੁਹਾਨੂੰ ਪਤਾ ਚੱਲ ਰਿਹਾ ਇਹਨਾਂ ਨੇ ਪਹਿਲੀਆਂ ਦੋ ਜਗ੍ਹਾ ਤੇ ਜਦੋਂ ਮਟਕ ਹੁਲਾਰੇ ਦੇਖ ਲਿਆ, ਸਾਨੂੰ ਪਤਾ ਚੱਲ ਜਾਂਦਾ ਕਿ ਇਹਨਾਂ ਨੇ ਭਾਈ ਵੀਰ ਸਿੰਘ ਜੀ ਨੂੰ ਹੀ ਸਮਰਪਿਤ ਕੀਤਾ, ਬੁਲਾਇਆ। ਅੱਗੇ ਆ ਜਾਂਦਾ ਦਰਦ ਦੀਆਂ ਕਵਿਤਾਵਾਂ ਨੂੰ ਵਿਸ਼ੇ ਦੇ ਪੱਖ ਤੋਂ ਕਿੰਨੇ ਭਾਗਾਂ ਵਿੱਚ ਵੰਡ ਸਕਦੇ ਹੈ? ਤਾਂ ਵਿਸ਼ੇ ਦੇ ਪੱਖੋਂ ਯਾਦ ਕਰਨਾ ਬਹੁਤ ਹੀ ਜ਼ਿਆਦਾ ਸੁੱਖ ਹੈ। ਇਹਨੂੰ 5 ਭਾਗਾਂ ਚ ਵੰਡਿਆ ਗਿਆ। ਪਹਿਲਾ ਔਰ ਦੂਸਰਾ ਭਾਗ, ਇਸ ਦੇ ਵਿੱਚ ਦਿਖਾਇਆ ਗਿਆ ਇਹਨਾਂ ਦੇ ਸਿੱਖੀ ਦੇ ਨਾਲ ਰਿਲੇਟਿਡ ਜਜ਼ਬਾਤਾਂ ਨੂੰ, ਯਾਨੀ ਕਿ ਸਿੱਖ ਧਰਮ ਦੇ ਬਾਰੇ ਦੇ ਵਿੱਚ ਇਹਨਾਂ ਨੇ ਜ਼ਿਆਦਾ ਕਵਿਤਾਵਾਂ ਨੂੰ ਲਿਖਿਆ ਆਪਣੇ ਪਹਿਲੇ ਔਰ ਦੂਜੇ ਦੌਰ ਦੇ ਵਿੱਚ। ਤੀਸਰੇ ਔਰ ਚੌਥੇ ਦੌਰ ਦੇ ਵਿੱਚ ਹੁਣ ਇਹ ਅੰਗਰੇਜ਼ੀ ਰਾਜ ਦੇ ਪ੍ਰਤੀ ਨਫ਼ਰਤ ਨੂੰ ਦਿਖਾਉਂਦੇ ਹੈ, ਆਜ਼ਾਦੀ ਦੀ ਪ੍ਰਾਪਤੀ ਦੇ ਲਈ ਆਪਣੀ ਤੜਪ ਨੂੰ ਦਿਖਾਉਂਦੇ ਹੈ। ਤੇ ਅਸੀਂ ਜਦੋਂ ਦਾ ਇਹ ਸੈਸ਼ਨ ਸਟਾਰਟ ਕੀਤਾ, ਦੋ ਹੀ ਤਾਂ ਚੀਜ਼ਾਂ ਪੜ੍ਹ ਰਹੇ ਹਾਂ ਕਿ ਇਹਨਾਂ ਨੇ ਸਿੱਖ ਧਰਮ ਦੇ ਬਾਰੇ ਵਿੱਚ ਲਿਖਿਆ ਔਰ ਬਾਅਦ ਦੇ ਵਿੱਚ ਇਹਨਾਂ ਨੇ ਆਜ਼ਾਦੀ ਦੇ ਲਈ ਲਿਖਿਆ, ਠੀਕ ਹੈ। ਤਾਂ ਇਹ ਦੋਨੋਂ ਹੀ ਇਹਨਾਂ ਦੇ ਪਹਿਲੇ, ਦੂਸਰੇ ਔਰ ਤੀਸਰੇ, ਚੌਥੇ ਦੌਰ ਦੇ ਵਿੱਚ ਦਿਖਾਏ ਗਏ ਹੈ। ਹੁਣ ਗੱਲ ਕਰਦੇ ਹਾਂ 5ਵੇਂ ਦੌਰ ਦੀ। 5ਵੇਂ ਦੌਰ ਦੇ ਵਿੱਚ ਇਹਨਾਂ ਨੇ ਬੋਲਿਆ ਕਿ ਚਾਹੇ ਅਸੀਂ ਆਜ਼ਾਦ ਹੋ ਗਏ ਹਾਂ, ਪਰ ਇਹ ਨਾਮ ਦੀ ਆਜ਼ਾਦੀ ਹੈ, ਅਖੌਤੀ ਆਜ਼ਾਦੀ ਹੈ, ਕਿਉਂਕਿ ਅੱਜ ਵੀ ਸਾਡੇ ਇੱਥੇ ਸਮਾਨਤਾ ਨਹੀਂ ਹੈਗੀ,
ਗਰੀਬ ਬਹੁਤ ਗਰੀਬ ਹੈ, ਅਮੀਰ ਬਹੁਤ ਅਮੀਰ ਹੈ, ਯਾਨੀ ਕਿ ਆਰਥਿਕ ਵੰਡ ਸਾਡੇ ਇੱਥੇ ਕਾਣੀ ਹੈ। ਹੁਣ ਇਹਨੂੰ ਦੂਰ ਕਰਨ ਦੇ ਲਈ ਵੀ ਸਾਨੂੰ ਇਨਕਲਾਬ ਲਿਆਉਣਾ ਪੈਣਾ ਹੈ, ਠੀਕ ਹੈ। ਤਾਂ ਇਸ ਦੀਆਂ ਗੱਲਾਂ ਕੀਤੀਆਂ ਇਹਨਾਂ ਨੇ ਆਪਣੇ ਪੰਜਵੇਂ ਦੌਰ ਦੇ ਅੰਦਰ, ਓਕੇ, ਜਦੋਂ ਇਹ ਸਾਨੂੰ ਬੜੇ ਪ੍ਰਗਤੀਵਾਦੀ ਕਵੀਆਂ ਦੀ ਤਰ੍ਹਾਂ ਲੱਗਦੇ ਨੇ। ਹੁਣ ਇਹਨਾਂ ਦੀ ਪਹਿਲੀ ਕਹਾਣੀ ਪੁੱਛੀ ਜਾਏ ਤਾਂ ਨਾਮ ਯਾਦ ਰੱਖੋਗੇ, ਸ਼ਹੀਦ ਦੀ ਅਮਾਨਤ, ਓਕੇ। ਕਿੱਦਾਂ ਯਾਦ ਰੱਖ ਸਕਦੇ ਹੋ, ਸਾਰੀਆਂ ਥਾਵਾਂ ਦੇ ਉੱਪਰ ਇਹਨਾਂ ਨੇ ਵਿੱਚ ਪਾਰਟਿਸਿਪੇਟ ਕੀਤਾ ਆਜ਼ਾਦੀ ਦੀ ਲੜਾਈ ਵਿੱਚ। ਤਾਂ ਜਦੋਂ ਇਹਨਾਂ ਦੇ ਅੱਗੋਂ ਬੱਚੇ ਹੋਏ, ਪੋਤੇ ਹੋਏ, ਤਾਂ ਇਹਨਾਂ ਨੇ ਉਹਨਾਂ ਨੂੰ ਸਭ ਤੋਂ ਪਹਿਲੀ ਕਹਾਣੀ ਸੁਣਾਈ ਸੀ ਸ਼ਹੀਦ ਦੀ ਅਮਾਨਤ ਦੇ ਬਾਰੇ ਵਿੱਚ, ਠੀਕ ਹੈ। ਕਦੋਂ ਛਪੀ ਇਹ? 1926 ਵਿੱਚ। ਹੁਣ ਕਹਾਣੀ ਸੰਗ੍ਰਹਿ ਦੇਖਦੇ ਹਾਂ, ਪੰਜਾਬੀ ਸਦਰਾਂ, ਕਿਸਾਨ ਦੀਆਂ ਆਹੀ, ਜਿਸ ਨੂੰ ਅਸੀਂ ਪਹਿਲਾਂ ਕਾਵਿ ਸੰਗ੍ਰਹਿ ਦੇ ਵਿੱਚ ਵੀ ਪੜਿਆ ਸੀ, ਔਰ ਆਸ ਦੀ ਤੰਦ, ਇਹ ਇਹਨਾਂ ਦੇ ਹੋ ਗਏ ਕਹਾਣੀ ਸੰਗ੍ਰਹਿ। ਜੀਵਨੀਆਂ ਤੇ ਸਫ਼ਰਨਾਮੇ ਦੇ ਵਿੱਚ ਇਹ ਮਹੱਤਵਪੂਰਨ ਨੇ। ਪਹਿਲਾ ਜ਼ਿਆਦਾ ਰਹੇਗਾ, ਬ੍ਰਿਜ ਭੂਮੀ ਅਤੇ ਮਲਾਇਆ ਦੀ ਯਾਤਰਾ 1958 ਦੇ ਵਿੱਚ ਛਪਿਆ, ਪੰਥ ਧਰਮ ਤੇ ਰਾਜਨੀਤੀ 1950 ਦੇ ਵਿੱਚ ਛਪਿਆ, ਭਾਰਤ ਦੇ ਬੰਦੀ ਛੋੜ, ਇਹ ਨਵੀਨ ਭਾਰਤ ਦੇ ਰਾਜਸੀ ਆਗੂ, ਇਹ ਸਾਰੀਆਂ ਜੀਵਨੀਆਂ ਨੂੰ 1952 ਦੇ ਵਿੱਚ ਸ਼ਾਮਿਲ ਕੀਤਾ ਗਿਆ, ਗਾਂਧੀ ਜੀ ਦੀਆਂ ਸਮ੍ਰਿਤੀਆਂ ਔਰ ਮੇਰੀਆਂ ਕੁਝ ਇਤਿਹਾਸਿਕ ਯਾਦਾਂ, ਇਹ 1955 ਦੇ ਵਿੱਚ ਆਈ, ਓਕੇ। ਹੁਣ ਕੁਝ ਹੋਰ ਮਹੱਤਵਪੂਰਨ ਰਚਨਾਵਾਂ ਦੇਖ ਲਓ। ਪੰਜਾਬੀ ਸਾਹਿਤ ਦਾ ਇਤਿਹਾਸ, ਇਹ ਜ਼ਿਆਦਾ ਇੰਪੋਰਟੈਂਟ ਰਹੇਗੀ। 1953 ਪੰਜਾਬੀ ਸੂਬੇ ਦੀ ਸਮੱਸਿਆ, ਪੰਥ ਧਰਮ ਤੇ ਰਾਜਨੀਤੀ, ਗਦਰ ਪਾਰਟੀ ਦੀ ਸੰਖੇਪ ਕਹਾਣੀ, ਸੋਸ਼ਲਿਜ਼ਮ ਕੀ ਹੈ ਔਰ ਫੈਸਿਜ਼ਮ ਕੀ ਹੈ, ਇਹ ਇਹਨਾਂ ਦੀਆਂ ਮਹੱਤਵਪੂਰਨ ਰਚਨਾਵਾਂ ਹੈਗੀਆਂ। ਔਰ ਇੱਕ ਤੁਸੀਂ ਕਿਤਾਬ ਯਾਦ ਰੱਖ ਲਓ, ਹੀਰਾ ਸਿੰਘ ਦਰਦ, ਜੀਵਨ ਤੇ ਰਚਨਾ, ਇਹ ਕਿਹਨਾਂ ਨੇ ਲਿਖੀ ਹੈ? ਜੀਤ ਸਿੰਘ ਸੀਤਲ ਨੇ, ਓਕੇ। ਹੁਣ ਇਹਨਾਂ ਦੀਆਂ ਕੁਝ ਮਹੱਤਵਪੂਰਨ ਰਚਨਾਵਾਂ ਜਿਹੜੀਆਂ ਕਿ ਲਾਸਟ ਤੇ ਆਉਣਗੀਆਂ, ਇਹ ਸਾਰੀਆਂ ਤੁਸੀਂ ਇੱਕ ਵਾਰ ਜ਼ਰੂਰ ਯਾਦ ਰੱਖ ਲੈਣਾ, ਠੀਕ ਹੈ। ਅਸੀਂ ਕਰ ਰਿਹਾ ਕਿ ਹੀਰਾ ਸਿੰਘ ਦਰਦ ਲਗਾਤਾਰ ਇਸ ਚੀਜ਼ ਦੀ ਕੋਸ਼ਿਸ਼ ਕਰ ਰਿਹਾ ਕਿ ਕਾਸ਼ ਮੇਰਾ ਭਾਰਤ ਆਜ਼ਾਦ ਹੋ ਜੇ, ਤਾਂ ਉਹਨਾਂ ਦੇ ਦਿਲ ਦੇ ਵਿੱਚ ਇਹ ਦਰਦ ਉਛਾਲੇ ਮਾਰ ਰਿਹਾ ਕਿ ਇੱਥੇ ਦੇ ਨੌਜਵਾਨ ਇੰਨਾ ਜ਼ਿਆਦਾ ਕਿਉਂ ਨਹੀਂ ਹੰਭਲਾ ਮਾਰ ਰਹੇ। ਤਾਂ ਇਹ ਨੌਜਵਾਨਾਂ ਨੂੰ ਜਗਾਉਂਦੇ ਆ, ਬੋਲਦੇ ਆ, ਉੱਠੋ ਨੌਜਵਾਨੋ, ਤੁਸੀਂ ਉਪਕਾਰ ਕਰੋ, ਹੰਝੂ ਨਾ ਵਹਾਓ, ਬਲਕਿ ਆਪਣੀਆਂ ਜਿਹੜੀਆਂ ਆਜ਼ਾਦੀ ਦੀਆਂ ਤੁਹਾਡੀਆਂ ਸਧਨਾਂ ਅਧੂਰੀਆਂ ਲੈ ਗਈਆਂ, ਉਹਨਾਂ ਨੂੰ ਪੂਰਾ ਕਰੋ, ਠੀਕ ਹੈ। ਜਦੋਂ ਤੁਸੀਂ ਆਜ਼ਾਦੀ ਪ੍ਰਾਪਤ ਕਰੋਗੇ ਤਾਂ ਹੀ ਤੁਹਾਨੂੰ ਆਨੰਦ ਮਿਲੇਗਾ, ਤਾਂ ਹੀ ਸੋਨੇ ਦੀ ਚਿੜੀਆ ਕਿਹਾ ਜਾਣ ਵਾਲਾ ਭਾਰਤ ਆਜ਼ਾਦ ਹੋਏਗਾ। ਇਹਦੇ ਲਈ ਤੁਹਾਨੂੰ ਸ਼ਹੀਦੀ ਦੇਣੀ ਪਏਗੀ, ਲਹੂ ਵਹਾਣਾ ਪਏਗਾ, ਓਕੇ। ਯਾਦ ਕਰੋ ਤੁਸੀਂ ਜਲਿਆਂ ਵਾਲੇ ਬਾਗ ਦੀ ਵਿਸਾਖੀ, ਯਾਦ ਕਰੋ ਉਸ ਵਿਸਾਖੀ ਨੂੰ ਜਦੋਂ 1919 ਦੇ ਵਿੱਚ ਹਮਲਾ ਕੀਤਾ ਗਿਆ ਸੀ, ਠੀਕ ਹੈ, ਔਰ ਲੱਖਾਂ ਹੀ ਜੀਵਨ ਨੂੰ ਖਤਮ ਕਰ ਦਿੱਤਾ ਗਿਆ ਸੀ। ਕੀ ਤੁਹਾਨੂੰ ਉਸਦੇ ਨਾਲ ਬਿਲਕੁਲ ਵੀ ਦਰਦ ਨਹੀਂ ਆਇਆ? ਅੱਜ ਧਰਤੀ ਮਾਤਾ ਤੁਹਾਨੂੰ ਬੋਲ ਰਹੀ ਹੈ, ਨਵੀਂ ਦੁਨੀਆ ਦਾ ਸੁਪਨਾ ਦੇਖਿਆ ਸਾਡੀ ਧਰਤੀ ਮਾਤਾ ਨੇ ਆਜ਼ਾਦ ਹੋਣ ਦਾ। ਇਹ ਸਿਰਫ ਕਦੋਂ ਹੋਏਗਾ? ਜਦੋਂ ਤੁਸੀਂ ਆਪਣੇ ਬਾਹੂਬਲ ਤੇ ਭਰੋਸਾ ਰੱਖੋਗੇ ਔਰ ਬਾਬਾ ਗੁਰਦਿੱਤ ਸਿੰਘ ਜੀ ਵਰਗਾ ਦਿਲ ਰੱਖੋਗੇ, ਕੜਵਾ ਦਿਲ, ਠੀਕ ਹੈ। ਤਾਂ ਵਤਨ ਦੀ ਆਜ਼ਾਦੀ ਦੇ ਲਈ ਤੁਹਾਨੂੰ ਪੰਜਾਬੀ ਸੂਬੇ ਦੀ ਸਮੱਸਿਆ ਖਤਮ ਕਰਨੀ ਹੀ ਪਏਗੀ। ਇਸ ਤਰ੍ਹਾਂ ਤੁਸੀਂ ਇਹਨਾਂ ਦੀ ਇੱਕ ਸਟੋਰੀ ਲਾਈਨ ਨੂੰ ਕ੍ਰੀਏਟ ਕਰ ਸਕਦੇ ਹੋ। ਅਗਰ ਬਿਨਾਂ ਕਿਸੇ ਟ੍ਰਿਕ ਤੋਂ ਤੁਸੀਂ ਯਾਦ ਰੱਖ ਸਕਦੇ ਹੋ ਤਾਂ ਪਲੀਜ਼ ਬਿਨਾਂ ਟ੍ਰਿਕ ਤੋਂ ਯਾਦ ਕਰ ਲੈਣਾ। ਅਗਰ ਨਹੀਂ ਯਾਦ ਹੁੰਦਾ ਤਾਂ ਇਸ ਲਾਈਨਾਂ ਨੂੰ ਜੋ ਮੈਂ ਬੋਲੀ ਹੈ 3-4 ਵਾਰ ਸੁਣ ਲੈਣਾ, ਡੈਫੀਨੇਟਲੀ ਤੁਹਾਨੂੰ ਯਾਦ ਹੋ ਜਾਏਗਾ, ਓਕੇ। ਇਹ ਹੋ ਗਈਆਂ ਇਹਨਾਂ ਦੀਆਂ ਮਹੱਤਵਪੂਰਨ ਰਚਨਾਵਾਂ। ਹੁਣ ਦੋ ਰਚਨਾਵਾਂ ਅਸੀਂ ਹੋਰ ਦੇਖ ਲੈਂਦੇ ਹਾਂ, ਕਿਉਂਕਿ ਬਾਕੀ ਅਸੀਂ ਸਾਰਿਆਂ ਦੇ ਵਿਸ਼ੇ ਦੇਖ ਚੁੱਕੇ ਹਾਂ। ਹਾਏ ਪਾਣੀ, ਇਸ ਦੇ ਵਿੱਚ ਇਹਨਾਂ ਨੇ ਅਛੂਤ ਲੋਕਾਂ ਦੇ ਉੱਪਰ ਹੁੰਦੇ ਜ਼ੁਲਮ ਨੂੰ ਦਿਖਾਇਆ। ਯਾਦ ਕਰਨ ਦੇ ਲਈ ਸੌਖਾ ਤਰੀਕਾ, ਹਾਏ ਪਾਣੀ ਬੰਦਾ ਆ ਜਿਸ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੈ, ਉਹ ਪਾਣੀ ਦੇ ਲਈ ਕਰਾ ਰਿਹਾ ਪਰ ਕੋਈ ਉਹਨੂੰ ਪਾਣੀ ਨਹੀਂ ਦੇ ਰਿਹਾ, ਠੀਕ ਹੈ। ਤਾਂ ਇਹ ਉਸਦੇ ਉੱਪਰ ਜ਼ੁਲਮ ਹੀ ਹੈ। ਤਾਂ ਤੁਸੀਂ ਇਹਨੂੰ ਯਾਦ ਕਰਨ ਦੇ ਲਈ ਰਿਲੇਟ ਕਰ ਸਕਦੇ ਹੋ ਕਿ ਅਛੂਤਾਂ ਉੱਪਰ ਹੁੰਦੇ ਜ਼ੁਲਮ ਨੂੰ ਇਹਨਾਂ ਨੇ ਹਾਏ ਪਾਣੀ ਵਿੱਚ ਦਿਖਾਇਆ। ਤੈ ਕੀ ਦਰਦ ਨਾ ਆਇਆ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਬਾਬਰ ਦੇ ਹਮਲੇ ਦੇ ਬਾਰੇ ਵਿੱਚ ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਰ ਉਪਕਾਰਾਂ ਦੇ ਬਾਰੇ ਦੇ ਵਿੱਚ ਇਹਨਾਂ ਨੇ ਜ਼ਿਕਰ ਕੀਤਾ, ਓਕੇ। ਤਾਂ ਇੱਥੇ ਖਤਮ ਹੋ ਜਾਂਦਾ ਹੀਰਾ ਸਿੰਘ ਦਰਦ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਅੱਜ ਦੇ ਸੈਸ਼ਨ ਦੇ ਵਿੱਚ ਕੁਛ ਨਾ ਕੁਛ ਨਵਾਂ ਜ਼ਰੂਰ ਸਿੱਖਿਆ ਹੋਏਗਾ। ਅਗਰ ਤੁਹਾਨੂੰ ਚੈਨਲ ਅੱਛਾ ਲੱਗ ਰਿਹਾ ਹੈ ਤਾਂ ਤੁਸੀਂ ਇਹਨੂੰ ਜੁਆਇਨ ਕਰ ਸਕਦੇ ਹੋ ਔਰ ਬੈੱਲ ਆਈਕਨ ਨੂੰ ਕਲਿੱਕ ਕਰ ਸਕਦੇ ਹੋ। ਪੇਡ ਬੈਚ ਲੈਣ ਦੇ ਲਈ ਤੁਸੀਂ ਸਕਰੀਨ ਦੇ ਉੱਪਰ ਜਿਹੜਾ ਨੰਬਰ ਡਿਸਪਲੇ ਹੋ ਰਿਹਾ ਹੈ ਉਸਨੂੰ ਕਾਲ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ, ਜਿਸ ਦੇ ਵਿੱਚ ਤੁਹਾਨੂੰ ਡੇਲੀ ਦੇ 2 ਲੈਕਚਰ ਪ੍ਰੋਵਾਈਡ ਹੋ ਜਾਂਦੇ ਹੈ
और ਇਹਨਾਂ ਦੇ ਨਾਲ ਤੁਹਾਡਾ ਪੂਰਾ ਦਾ ਪੂਰਾ ਸਿਲੇਬਸ ਕਵਰ ਕਰਵਾਇਆ ਜਾਂਦਾ ਹੈ। ਓਕੇ, ਜਿਹੜੇ ਸਟੂਡੈਂਟਸ ਵੀ ਪੇਡ ਬੈਚ ਲੈਣਾ ਚਾਹਣਗੇ ਉਹ ਜ਼ਰੂਰ ਕਾਲ ਕਰਕੇ ਕਨਫਰਮ ਕਰ ਸਕਦੇ ਨੇ। ਮਿਲਾਂਗੇ ਫਿਰ ਅਸੀਂ ਕੱਲ ਦੇ ਸੈਸ਼ਨ ਦੇ ਵਿੱਚ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਧੰਨਵਾਦ।